बिलकुल सच बोलदा परमात्मा दे घरे हैणा मैं बिलकुल नहीं झूठ बोलदा मेरा कोई भाई हैगा मैं ओहदे कोल बुलाउंदा नहीं मेरी मां मारदी उहने गंगा च धक्का देख के बीबी कहने आश्रम छी ताया बीबी तेरे मस्या वाले दिन तेरे पैसे लिया कपड़े बना के और दवाई दे पै दे मस्या गंगा तो धक्का दे दा मेनू मेरी नू मेरे भाई ने दुआ तो दे भतीजी ने दसी गल सुखी नहीं रहूगा मां नू मार के सुखी नहीं रहूगा ओ मां दे नां जमीन आ गई सी मां नूं भी उह जमीन अपने नां करा के मां नूं भी मेरी नूं भरा ने मारता सीगा गंगा च धक्का दे के ते उदों बाद मैं उत्थे नहीं गया सीगा हुण के मैनूं 2.5 लाख रुपया फैक्ट्री नूं मिलिया मेरे भतीजा ने खा के मैनूं धक्का देता सीगा तू सारी उम्र फैक्ट्री च काम कीता मैं फैक्ट्री च कीता फिर डरदा तू पिंड नहीं जांदा वी किते तैनूं बिना मार देणा मैनूं मार देणा जी हुण ना मेरा कोई नहीं आ मेरा भाई है मेनू सामने वाले बन देगा मेरा ये भी देवनी कौन है इधर मिलन सार वाले भाई सी कि तेरे ना पुत्तू यूपी तो ही हां इन्हीं यूपी तो ही है पंजाबी में तू भी नहीं अपने दूजे अपने जाट भाई ने जाट भाई तो तू इन्ना कोले थोड़े कोले रहंदा भाई हुणे इन्ना कोले रो ना तू अगे अखां च पानी तेरे जाने के आ अखां च की होया सी वीरे तेरे फैक्ट्री च काम करदा सी विस्फोट हो गया सीगा अच्छा जी लोहे दी फैक्ट्री च काम करदा मैं उस टाइम 18000 रुपए महीना तनखा सी बहुत वधिया मिस्त्री सी मैं उच्चियां मजारा मचिया सीगा जरा सब उच्ची मचिया अच्छा सारा कुछ मच गया बाहा बुआ भी अखां च भी फिर गैस पै गई है ओही लपट पई सी मेरे अखां लपट पै गई पर अखां दी रोशनी चलेगी आपदी मां नूं पैसे भी भेजदा सी पर दूजे भरा ने पता नहीं हुण उहदे माड़े किन्ने के कर्म होणगे जिन्हें अपनी मां नूं गंगा च धक्का दे के मारता इह रब जाणदा ਵੀ ਉਹਨੇ ਕੀ ਕੀਤਾ ਕਿਵੇਂ ਹੋਇਆ ਪਰ ਗੱਲ ਤਾਂ ਇਹ ਆ ਵੀ ਅੱਜ ਮਨਜੀਤ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਬਾਈ ਅੱਖਾਂ ਤੋਂ ਅੰਨਾ ਹੋ ਗਿਆ ਭਰਾ ਵਾ ਹੈ ਨਾ ਪੈਸਾ ਵੀ ਸੀ 2.5-3 ਲੱਖ ਰੁਪਈਆ ਉਹ ਵੀ ਲੈ ਗਏ ਫਿਰ ਜ਼ਮੀਨ ਜਾਇਦਾਦ ਸੀ ਚਲੋ ਹਿੱਸਾ ਸੀ ਘਰ ਵੀ ਹੋਊ ਮਾੜਾ ਮੋਟਾ ਉਹ ਵੀ ਸਾਰਾ ਕੁਛ ਅਤੇ ਫਿਰ ਭਰਾ ਨੂੰ ਰੋਟੀ ਵੀ ਨਹੀਂ ਦੇ ਸਕਦੇ ਆਹ 7 ਬਗਾਨੇ ਹੋ ਕੇ ਵੀ ਬਾਈ ਹੁਣੀ ਰੋਟੀ ਦੇ ਰਹੇ ਆ ਆਪਣੇ ਘਰੇ ਰੱਖਿਆ ਹੋਇਆ ਅੱਜ ਬਾਈ ਨੂੰ ਕਰੀਬ 20 ਦਿਨ ਹੋ ਗਏ 25 ਇੱਥੇ ਆਏ ਨੂੰ ਸਾਡੇ ਕੋਲ ਆਪਣੇ ਪਿਓ ਵਾਂਗ ਇਹਦੀ ਸੇਵਾ ਕਰ ਰਿਹਾ ਮਨਜੀਤ ਬਾਈ ਦੀ ਤੇ ਸਾਡੇ ਨਾਲ ਵੀ ਇੱਥੇ ਸਾਰਾ ਦਿਨ ਇਹ ਮੁੰਡਾ ਨੌਜਵਾਨ ਸੇਵਕ ਕੀ ਨਾਮ ਪੁੱਤਰਾ ਸ਼੍ਰੀਕਾਂਤ ਸ਼੍ਰੀਕਾਂਤ ਕਿੰਨਾ ਪੜ੍ਹਿਆ ਤੂੰ ਗ੍ਰੈਜੂਏਟ ਹਾਂ ਉੱਥੇ ਕੀ ਕੰਮ ਕਰਦਾ ਪ੍ਰੀਵੀਅਸ ਇਅਰ ਅਜੇ ਤੱਕ ਪੜ੍ਹਾਈ ਕਰੀ ਹੈ ਪੜ੍ਹਾਈ ਕੰਪਲੀਟ ਹੋ ਗਈ ਜੀ ਅਭੀ ਨਹੀਂ ਚੱਲੀ ਹੈ ਅੱਛਾ ਗ੍ਰੈਜੂਏਟ ਕੰਪਲੀਟ ਨਹੀਂ ਹੈ ਜੀ ਕੰਪਲੀਟ ਨਹੀਂ ਕੀ ਕਰ ਰਿਹਾ ਮੈਂ ਗ੍ਰੈਜੂਏਸ਼ਨ ਚ ਜੀ ਕੀ ਕਰ ਰਿਹਾ ਮੈਂ ਬੀਏ ਕਰ ਰਿਹਾ ਕਿਹੜੇ ਇਅਰ ਚ ਜੀ ਪਹਿਲੇ ਸਾਲ ਚ ਦੂਜੇ ਚ ਤੀਜੇ ਚ ਤੀਸਰਾ ਇਹ ਲਾਸਟ ਇਅਰ ਲਾਸਟ ਇਅਰ ਚ ਠੀਕ ਹੈ ਚਲੋ ਵਾਹਿਗੁਰੂ ਮਿਹਰ ਕਰਨ ਤੇਰੇ ਤੇ ਸ਼੍ਰੀਕਾਂਤ ਦੇਖੋ ਸ਼੍ਰੀਕਾਂਤ ਆ ਜਿਹੜਾ ਇਹ ਆਪਣੀ ਜ਼ਿੰਮੇਵਾਰੀ ਸਮਝਦਾ ਪਰ ਉਹਦੇ ਭਰਾ ਭੈਣ ਨਹੀਂ ਜ਼ਿੰਮੇਵਾਰੀ ਸਮਝ ਰਹੇ ਬਸ ਅਰਦਾਸ ਕਰਿਓ ਮਨਜੀਤ ਬਾਈ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਜੀ ਪੁਤਲੀ ਪੈਣੀ ਆ ਮਾਂ ਸਾਡੀ ਹਸਪੀਟਲ 'ਚ ਸਾਰੀ ਗੱਲ ਹੋ ਗਈ ਆ ਉਹਨਾਂ ਨੇ ਟਾਈਮ ਦਿੱਤਾ ਸੀ ਇਹਦਾ ਉਹਨਾਂ ਨੇ ਰਜਿਸਟ੍ਰੇਸ਼ਨ ਕਰ ਲਈ ਸੀ ਉਹ ਕਹਿੰਦੇ ਅਸੀਂ ਤੁਹਾਨੂੰ ਕਾਲ ਕਰਾਂਗੇ 2-4 ਦਿਨ ਪਹਿਲਾਂ ਦੱਸਾਂਗੇ ਵੀ ਕਿੰਨੀ ਤਰੀਕ ਨੂੰ ਇਹਨੂੰ ਐਡਮਿਟ ਕਰਵਾਉਣਾ ਵਾ ਤਾਂ ਜੋ ਇਹਦਾ ਆਪਰੇਸ਼ਨ ਚੰਗੇ ਤਰੀਕੇ ਨਾਲ ਹੋ ਸਕੇ ਕਿਉਂਕਿ ਇਹ ਪੁਤਲੀ ਹੈ ਜਿਹੜੀ ਕਿਸੇ ਨੇ ਹੋਰ ਡੋਨੇਟ ਕਰਨੀ ਹੈ ਉਹ ਪੁਤਲੀ ਇਹ ਬਾਈ ਦੇ ਪੈਣੀ ਆ ਅਤੇ ਉਹ ਜਦੋਂ ਵੀ ਕੋਈ ਉਹਨਾਂ ਕੋਲ ਇਸ ਤਰ੍ਹਾਂ ਦਾ ਕੇਸ ਆਉਂਦਾ ਜਾਂ ਕੋਈ ਐਕਸੀਡੈਂਟਲੀ ਡੈਥ ਹੋ ਜਾਂਦੀ ਹੈ ਜਾਂ ਕੋਈ ਹੋਰ ਤਾਂ ਫਿਰ ਉਹ ਜਿਹੜੀ ਪੁਤਲੀ ਆ ਉਹ ਪਾਈ ਜਾਂਦੀ ਆ ਅਤੇ ਉਹ ਵਾਲੀ ਪੁਤਲੀ ਆ ਜਿਹੜੀ ਬਾਈ ਮਨਜੀਤ ਦੇ ਪਾਈ ਜਾਣੀ ਜਿਹਦੇ ਨਾਲ ਇਹਦੀ ਬਾਈ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਣੀ ਆ ਅਰਦਾਸ ਕਰਿਓ ਅਸੀਂ ਇਹ ਬਾਈ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾ ਸਕੀਏ ਸੱਚੇ ਪਾਤਸ਼ਾਹ ਬਾਈ ਨੂੰ ਇਸ ਰੰਗਲੀ ਦੁਨੀਆ ਦੇਖਣ ਦੇ ਲਈ ਅੱਖਾਂ ਦੀ ਰੋਸ਼ਨੀ ਬਖਸ਼ ਦੇਣ ਅਤੇ ਇਹ ਬਾਈ ਠੀਕ ਹੋ ਕੇ ਆਪਣਾ ਜੀਵਨ ਬਤੀਤ ਕਰ ਸਕੇ ਇਸੇ ਤਰ੍ਹਾਂ ਹੀ ਇੱਕ ਜਸਵੀਰ ਭੈਣ ਆ ਅਤੇ ਇੱਕ ਮਾਤਾ ਜੀ ਹੋਰ ਨੇ 3 ਜਾਣਿਆਂ ਦਾ ਉਹਨਾਂ 7 ਮੈਂਬਰਾਂ 'ਚੋਂ ਜਿਹੜੇ ਟੋਟਲ ਬਲਾਈਂਡ ਸੀਗੇ
ਉਹਨਾਂ 'ਚੋਂ ਤਿੰਨਾਂ ਦੀ ਆਪਸ਼ਨ ਤੁਹਾਨੂੰ ਡਾਕਟਰਾਂ ਨੇ ਦਿੱਤੀ ਹੈ, ਇੱਕ ਤਾਂ ਮਨਜੀਤ ਬਾਈ ਦੀ ਦਿੱਤੀ ਆ, ਇੱਕ ਉਹ ਲੜਕੀ ਹੈ ਜਿਹੜੀ ਉਹ ਵੀ ਨੌਜਵਾਨ ਹੀ ਹੈ ਵਿਚਾਰੀ। ਬਹਿ ਜਾਓ ਬਾਈ ਜੀ, ਬਹਿ ਜਾਓ ਤੁਸੀਂ, ਬਹਿ ਜਾਓ ਮਨਜੀਤ ਬਾਈ, ਬਹਿ ਜਾਓ, ਤੂੰ ਸਾਡਾ ਬਾਪੂ ਫਿਕਰ ਨਹੀਂ ਕਰਨਾ, ਤੂੰ ਸਾਡੇ ਕੋਲ ਹੀ ਆ, ਠੀਕ ਆ, ਕਿਤੇ ਜਾਣ ਦੀ ਲੋੜ ਨਹੀਂ ਤੈਨੂੰ, ਆਪਾਂ ਇੱਥੇ ਹੀ ਆ, ਠੀਕ ਆ, ਫਿਕਰ ਨਹੀਂ ਕਰਨਾ, ਆਪਾਂ ਸ਼੍ਰੀਕਾਂਤ ਨੂੰ ਵੀ ਇਹਦਾ ਵੀ ਧੰਨਵਾਦ ਕਰਾਂਗੇ, ਫਿਕਰ ਨਾ ਕਰ ਤੂੰ ਜਾਵਾਂ। ऐसी सभी और खबरों के लिए लाइक कीजिए हमारा फेसबुक का ये पेज और यूट्यूब पर सब्सक्राइब कीजिए हमारा पेज और देखते रहिए पंजाब केसरी।